ਧਰਮ ਸਤਿਕਾਰਯੋਗ ਸਤਸੰਗਿਓ, ਜਿਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਤੁਸੀਂ ਸ਼ਹੀਦੀ ਦਾ ਪ੍ਰਸੰਗ ਗੁਰਲਾਲ ਸਿੰਘ ਤੋਂ ਸੁਣਿਆ, ਉਸ ਮਹਾਨ ਸਤਿਗੁਰੂ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਚਰਨਾਂ ਵਿੱਚ ਸੀਸ ਨਵਾਉਂਦੇ ਹੋਏ ਇੱਕ ਵਾਰੀ ਸਾਰੇ ਬੜੇ ਪਿਆਰ ਨਾਲ ਆਖੀਏ, ਧੰਨ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਜ਼ੁਲਮ ਦੇ ਖਿਲਾਫ ਇਹ ਲੜਾਈ ਲੜੀ, ਸੱਚ ਦੇ ਖਿਲਾਫ ਉਹ ਲੜਾਈ ਲੜੀ। ਸੱਚੇ ਪਾਤਸ਼ਾਹ ਉਸ ਟਾਈਮ ਬਾਦਸ਼ਾਹੀ ਭੋਗ ਸਕਦੇ ਸੀ, ਪਰ ਜੇ ਅਸੀਂ ਸ਼ੁਰੂ ਕਰੀਏ, ਇੱਕ ਵਾਰੀ ਫਿਰ ਬੜੇ ਪਿਆਰ ਨਾਲ ਆਖੀਏ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਉਹ ਜਿਸ ਸੱਚੇ ਪਾਤਸ਼ਾਹ ਨੇ ਆਪਣੀ ਸ਼ਹੀਦੀ ਫਿਰ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਦਿੱਤੀ, ਸਮਝਦਾ ਕਿ ਉਹ ਕਿਸੇ ਵੀ ਧਰਮ ਦੀ ਗੱਲ ਨਹੀਂ, ਸਾਡਾ ਧਰਮ ਇੰਨਾ ਉੱਚਾ ਕਿ ਉਹ ਧਰਮਾਂ ਦੀਆਂ ਲੀਕਾਂ ਤੋਂ ਬਾਹਰ ਏ। ਸੱਚੇ ਪਾਤਸ਼ਾਹ ਨੇ ਜਿਹੜੇ ਜ਼ਬਰਦਸਤੀ ਜਦੋਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ, ਉਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਉਹਨਾਂ ਨੂੰ ਕਹੋ ਜਾ ਕੇ ਤੇਗ ਬਹਾਦਰ ਮੁਸਲਮਾਨ ਬਣ ਜਾਏਗਾ ਅਤੇ ਅਸੀਂ ਸਾਰੇ ਬਣ ਜਾਵਾਂਗੇ। ਉਦੋਂ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਮਰ ਉਦੋਂ 9 ਸਾਲ ਦੇ ਕਰੀਬ ਸੀ, ਅਤੇ ਜੇ ਅਸੀਂ ਦੇਖੀਏ ਉਸ ਟਾਈਮ 'ਤੇ ਸੱਚੇ ਪਾਤਸ਼ਾਹ ਕੋਲ ਦੋ ਹੀ ਰਸਤੇ ਸੀ, ਜਾਂ ਤਾਂ ਡਰ ਕੇ ਮੁਗਲਾਂ ਨਾਲ ਸਮਝੌਤਾ ਕਰ ਲੈਂਦੇ, ਅਤੇ ਜਾਂ ਇਹ ਸੱਚ ਦੀ ਲੜਾਈ ਲੜਦੇ। ਉਹ ਸੱਚ ਦੀ ਲੜਾਈ ਲੜਦਿਆਂ ਹੋਇਆਂ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਜੀ ਸ਼ਹੀਦ ਹੋਏ, ਆਪ ਸੱਚੇ ਪਾਤਸ਼ਾਹ ਤੁਸੀਂ ਸੁਣਦੇ ਹੋ ਕਿ ਕਿਸ ਤਰ੍ਹਾਂ ਅਨੰਦਪੁਰ ਸਾਹਿਬ 'ਚੋਂ ਨਿਕਲੇ, ਪਰ ਉਹ ਨੀਂਹ ਸੱਚੇ ਪਾਤਸ਼ਾਹ ਨੇ ਕੀ ਧਰੀ। ਜੇ ਅਸੀਂ ਕਹਿ ਲਈਏ ਕਿ ਉਹ 500-700 ਸਾਲ ਪੁਰਾਣਾ ਜਿਹੜਾ ਮੁਗਲਾਂ ਦਾ ਰਾਜ ਸੀ, ਜਿਹੜੇ ਜਦੋਂ ਜੀ ਕਰਦਾ ਸੀ ਉਦੋਂ ਆਉਂਦੇ ਸੀ, ਇੱਥੋਂ ਲੜਕੀਆਂ ਚੁੱਕ ਕੇ ਲੈ ਜਾਂਦੇ ਸੀ, ਇੱਥੋਂ ਲੁੱਟ ਕੇ ਲੈ ਜਾਂਦੇ ਸੀ, ਇਸ ਦੇਸ਼ ਨੂੰ ਉਹਨਾਂ ਨੇ ਗੁਲਾਮ ਬਣਾਇਆ ਹੋਇਆ ਸੀ। ਕੋਈ ਉਸ ਟਾਈਮ 'ਤੇ ਕੋਈ ਕਿਸੇ ਦੀ ਇੱਜ਼ਤ ਨਹੀਂ ਸੀ ਰਹਿ ਗਈ, ਹਿੰਦੂਆਂ ਦੀਆਂ ਲੜਕੀਆਂ ਚੁੱਕ ਕੇ ਲੈ ਜਾਂਦੇ ਸੀ। ਉਸ ਟਾਈਮ 'ਤੇ ਸੱਚੇ ਪਾਤਸ਼ਾਹ ਨੇ ਇਹ ਲੜਾਈ ਲੜੀ। ਮੈਂ ਸਮਝਦਾ ਕਿ ਉਸ ਲੜਾਈ ਦਾ ਇਹ ਅਸਰ ਹੋਇਆ, ਬਾਅਦ ਵਿੱਚ ਉਹ ਟਾਈਮ ਪਾ ਕੇ ਬੇਸ਼ੱਕ ਉਹਨਾਂ ਦੀ ਕਿਰਪਾ ਨਾਲ ਹੀ ਹੋਇਆ ਕਿ ਬੰਦੇ ਬਹਾਦਰ ਤੋਂ ਉਹ ਕੰਮ ਲਿਆ, ਇੱਕ ਪੰਜਾਬੀਆਂ ਦਾ ਇੱਕ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿਹੜਾ ਸੀ ਉਹ ਕਾਇਮ ਹੋਇਆ, ਪਰ ਉਹ ਕਿਰਪਾ ਉਹ ਚਿੰਗਾਰੀ ਕਿੱਥੋਂ ਛਿੜੀ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਿੰਗਾਰੀ ਛੇੜੀ ਹੋਈ ਸੀ। ਉਸ ਤੋਂ ਬਾਅਦ ਉਹ ਚੱਲਦਿਆਂ ਚੱਲਦਿਆਂ ਜਦੋਂ ਇੱਥੇ ਗੱਲ ਆ ਗਈ ਕਿ ਸਿੱਖ ਰਾਜ ਵਿੱਚ ਵੀ ਗਿਰਾਵਟ ਆ ਗਈ, ਸਿੱਖ ਰਾਜ ਵਿੱਚ ਗਿਰਾਵਟ ਆਉਣ ਦੇ ਨਾਲ ਸਿੱਖਾਂ ਨੇ ਆਪੋ ਵਿੱਚ ਲੜ ਕੇ ਸਿੱਖਾਂ ਨੇ ਸਿੱਖਾਂ ਨੂੰ ਮਾਰਿਆ, ਉਸ ਤੋਂ ਬਾਅਦ ਇੱਥੇ ਅੰਗਰੇਜ਼ ਦਾ ਰਾਜ ਹੋਇਆ। ਉਹ ਵੀ ਉਦੋਂ ਹੋਇਆ ਜਦੋਂ ਅਸੀਂ ਸਿੱਖੀ ਤੋਂ ਦੂਰ ਚਲੇ ਗਏ। ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁੜ ਸੁਰਜੀਤ ਕੀਤਾ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੈਂ ਇਹ ਗੱਲ ਕਹਿ ਰਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਕਿਰਪਾ ਕੀਤੀ ਸਾਨੂੰ ਮੁਗਲਾਂ ਦੇ ਰਾਜ ਦੇ ਵਿਰੁੱਧ ਲੜ ਕੇ ਉਦੋਂ ਆਜ਼ਾਦੀ ਦਵਾਈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਚਿੰਗਾਰੀ ਛੇੜੀ ਜਿੱਥੋਂ ਲੜਦਿਆਂ ਹੋਇਆਂ
ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ, ਸਾਨੂੰ ਬੜਾ ਮਾਣ ਹੈ ਇਸ ਦੇਸ਼ ਦੀ ਜੋ ਅੱਜ ਰੂਪ ਰੇਖਾ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਤੁਹਾਡਾ ਸਿੱਖਾਂ ਦਾ, ਸਾਨੂੰ ਸਿੱਖ ਹੋਣ ਦਾ ਮਾਣ ਹੈ, ਸਾਡਾ ਇਤਿਹਾਸ ਬਹੁਤ ਵੱਡਾ ਹੈ। ਮੈਂ ਅਰਜ਼ ਬੇਨਤੀ ਇਹ ਕਰਦਾ ਕਿ ਅੱਜ ਦੇ ਦਿਨ 'ਤੇ ਸਾਹਿਬਜ਼ਾਦਿਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹ ਹੋਏਗੀ ਕਿ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਿ ਕਾਕਾ ਸਾਨੂੰ ਸਿੱਖ ਹੋਣ ਦਾ ਮਾਣ ਹੈ, ਸਾਡਾ ਇਤਿਹਾਸ ਬੜਾ ਉੱਚਾ, ਜੋ ਇਸ ਦੇਸ਼ ਦੀ ਅੱਜ ਤੁਸੀਂ ਆਜ਼ਾਦੀ ਮਾਣ ਰਹੇ ਹੋ ਇਹ ਸਾਡੀ ਸਿੱਖੀ ਕਰਕੇ ਹੈ। ਇਹ ਸਿੱਖੀ ਤੋਂ ਅਸੀਂ ਕਦੀ ਦੂਰ ਨਹੀਂ ਜਾਣਾ, ਇਹ ਸਿੱਖੀ ਸੱਚ ਦੀ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਾਜੀ ਹੋਈ ਸਿੱਖੀ ਹੈ। ਅਸੀਂ ਛੋਟੇ ਛੋਟੇ ਲਾਲਚਾਂ ਕਰਕੇ, ਛੋਟੀਆਂ ਛੋਟੀਆਂ ਗੱਲਾਂ ਕਰਕੇ, ਲੋਕਾਂ ਵੱਲ ਵੇਖ ਕੇ ਆਪਣੀ ਸਿੱਖੀ ਤੋਂ ਪਤਿਤ ਨਾ ਹੋਈਏ, ਅਤੇ ਇਹੋ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਏਗੀ। ਜਿਹੜੇ ਵੀ ਤੁਸੀਂ ਇੱਥੇ ਆਏ ਹੋ, ਜਿੰਨੀ ਵੀ ਸੰਗਤ ਬੈਠੀ ਹੈ, ਪ੍ਰਣ ਕਰਕੇ ਜਾਓ ਕਿ ਅਸੀਂ ਕਿਰਪਾ ਮਾਲਕ ਨੇ ਕਰਨੀ ਹੈ, ਪਰ ਅਰਦਾਸ ਕਰੀਏ ਕਿ ਸਾਡੇ ਬੱਚੇ ਵੀ ਸਿੱਖ ਬਣਨ, ਸਾਡੇ ਬੱਚੇ ਵੀ ਇੰਨੇ ਉੱਚੇ ਸੁੱਚੇ ਹੋਣ ਜਿਸ ਤਰ੍ਹਾਂ ਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਹੋਏ, ਸਾਡੇ ਬੱਚੇ ਵੀ ਉਹੋ ਜਿਹੇ ਚੰਗੇ ਸਿੱਖ ਬਣ ਸਕਣ। ਅਸੀਂ ਅਰਦਾਸ ਕਰਕੇ ਮੰਗ ਸਕਦੇ ਹਾਂ, ਬੱਚਿਆਂ ਨੂੰ ਇਹ ਸਾਖੀਆਂ ਸੁਣਾ ਸਕਦੇ ਹਾਂ, ਇਹੋ ਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ। ਇੰਨੀ ਅਰਜ਼ ਕਰਕੇ ਮੈਂ ਆਗਿਆ ਲੈਂਦਾ। ਸਤਿ ਸ਼੍ਰੀ ਅਕਾਲ।